ਗਿੱਦੜਬਾਹਾ ਦੇ ਪਿੰਡ ਭਾਈਆਣਾ ਵਿਖੇ ਸ਼ਰਾਬ ਦੇ ਠੇਕੇ ਦੇ ਕਰਿੰਦਿਆਂ ਦੀ ਗੁੰਡਾਗਰਦੀ ਵਿਰੁੱਧ ਪਿੰਡ ਵਾਸੀਆਂ ਨੇ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਬੱਸ ਸਟੈਂਡ ਦੇ ਨੇੜੇ ਧਰਨਾ ਦਿੱਤਾ ਅਤੇ ਠੇਕੇਦਾਰਾਂ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਿੰਡ ਦੇ ਸਰਪੰਚ ਗੁਰਜੰਟ ਸਿੰਘ ਅਤੇ ਪਿੰਡ ਦੇ ਹੋਰ ਮੈਂਬਰਾਂ ਨੇ ਦੱਸਿਆ ਕਿ ਸ਼ਰਾਬ ਦੇ ਠੇਕੇਦਾਰ ਦੇ ਕਰਿੰਦੇ ਪਿੰਡ ਦੀਆਂ ਗਲੀਆਂ 'ਚ ਹਥਿਆਰ ਅਤੇ ਗੱਡੀਆਂ ਲੈ ਕੇ ਦਹਿਸ਼ਤ ਪਾਉਂਦੇ ਰਹਿੰਦੇ ਨੇ ਅਤੇ ਬਿਨਾਂ ਕਿਸੇ ਪੁਲਿਸ ਮੁਲਾਜ਼ਮ ਜਾਂ ਪਿੰਡ ਦੇ ਕਿਸੇ ਜ਼ਿੰਮੇਵਾਰ ਵਿਅਕਤੀ ਦੇ ਘਰਾਂ ਵਿੱਚ ਦਾਖਲ ਹੋ ਕੇ ਤਲਾਸ਼ੀ ਕਰਦੇ ਨੇ। ਪਿੰਡ ਵਾਸੀਆਂ ਨੇ ਦੱਸਿਆ ਕਿ ਇਹ ਆਪਣੀਆਂ ਗੱਡੀਆਂ ਵਿੱਚ ਹਰਿਆਣਵੀ ਸ਼ਰਾਬ ਦੀਆਂ ਪੇਟੀਆਂ ਰੱਖਦੇ ਨੇ ਅਤੇ ਤਲਾਸ਼ੀ ਦਾ ਵਿਰੋਧ ਕਰਨ ਤੇ ਝੂਠਾ ਕੇਸ ਪਵਾਉਣ ਦੀਆਂ ਧਮਕੀਆਂ ਦਿੰਦੇ ਨੇ। ਜਦ ਇਸ ਸੰਬੰਧੀ ਸ਼ਰਾਬ ਦੇ ਠੇਕੇਦਾਰ ਗੋਲਡੀ ਚਾਹਲ ਨਾਲ ਗੱਲ ਕੀਤੀ ਗਈ ਤਾਂ ਉਸ ਨੇ ਪਿੰਡ ਵਾਸੀਆਂ ਦੇ ਸਾਰੇ ਦੋਸ਼ ਸਿਰੇ ਤੋਂ ਨਕਾਰ ਦਿੱਤੇ। ਹਰਜੀਤ ਸਿੰਘ ਅਸੀਂ ਖੇਤੋਂ ਆਉਂਦੇ ਸੀ, ਉਦੋਂ ਖੇਤੋਂ ਆਉਂਦੇ ਸੀ ਆਪਦੇ। ਇਹਨਾਂ ਨੇ ਦੋ ਗੱਡੀਆਂ ਮਗਰ ਮੂਹਰੇ ਲਾਈਆਂ, ਮੈਨੂੰ ਨਹੀਂ ਪਤਾ ਸੀ ਵੀ ਇਹ ਠੇਕੇਦਾਰ ਹੈ। ਅਤੇ ਜਦੋਂ ਉਹਨਾਂ ਨੇ ਗੱਡੀ ਰੋਕ ਕੇ ਮੇਰਾ ਮੋਟਰਸਾਈਕਲ ਵਿਚਾਲੇ ਲੈ ਕੇ ਗੱਡੀਆਂ ਦੋਨੇ ਰੋਕੀਆਂ ਅਤੇ ਗਰਜੀ ਤੋਂ ਨਿਕਲਿਆ ਬਾਹਰ, ਫਿਰ ਮੈਨੂੰ ਪਤਾ ਲੱਗ ਗਿਆ ਵੀ ਇਹ ਠੇਕੇਦਾਰ ਹੈ। ਉਹ ਉਹਨੂੰ ਜਾਣਦੇ, ਸਾਡੇ ਗਵਾਂਢ ਪਿੰਡ ਦਾ ਹੀ ਉਹ। ਉਹਨਾਂ ਨੇ ਜਦੋਂ ਉੱਥੇ ਰੋਕਿਆ ਤਾਂ ਗੁਰਜੀਤ ਕੋਲ ਪਿਸਤੌਲ ਸੀ ਜੀ, ਜਿਹੜੇ ਉਹਦੇ ਨਾਲ ਚਾਰ ਪੰਜ ਗੁੰਡੇ ਰੱਖੇ ਹੋਏ ਆ, 8-7 ਜਣੇ ਸਾਰੇ ਤੋਂ ਟੋਟਲ ਤਾਂ ਦੋ ਗੱਡੀਆਂ ਦੇ ਵਿੱਚ। ਅਤੇ ਉਹ ਮੈਨੂੰ ਵਹਿ ਨਾ ਕੁੱਟਣ ਲੱਗ ਪਈ। ਗੁਰਜੀਤ ਨੇ ਪਿਸਤੌਲ ਦੀ ਨੋਕ ਨਾਲ ਉਲਟ ਸ਼ਬਦ ਵੀ ਬੋਲੇ, ਮੈਂ ਵੀ ਕਿਹਾ ਵੀ ਪੁੰਡ ਵਿੱਚ ਦੀ ਪਿਸਤੌਲ ਕੱਢੋ, ਇਹਦੇ ਗੋਲੀ ਕੱਢੋ। ਅਤੇ ਬਹੁਤ ਗਲਤ ਜਣੀ ਬੋਲਿਆ ਉਹ, ਗੱਡੀ ਦੇ ਵਿੱਚ ਮੈਨੂੰ ਸੁੱਟਦੇ ਸੀ ਉਹ। ਇਸੇ ਤਰ੍ਹਾਂ ਉਹ ਊਂ ਵੀ ਪਰੇਸ਼ਾਨ ਤੰਗ ਬਹੁਤ ਕਰਦੇ ਲੋਕਾਂ ਨੂੰ, ਦਾਰੂ ਵੇਚਦੇ ਤੁਸੀਂ ਉਹ ਕਰਦੇ। ਅਤੇ ਇਹ ਬੇਨਤੀ ਕੀਤੀ, ਤੁਸੀਂ ਬਚ ਕਿਵੇਂ ਗਏ ਗੱਡੀ 'ਚੋਂ ਸਿੱਟਣ? ਬਚ ਜੀ, ਉਹ ਸਾਡੇ ਪਿੰਡ ਦੇ ਚੌਂਕ 'ਚ ਹੀ ਸੀ, ਉੱਥੇ ਜਣੇ ਬਾਹਲੇ ਇਕੱਠੇ ਹੋ ਗਏ, ਤਾਂ ਵਿਚਾਲਿਆਂ ਨਹੀਂ ਸਿੱਟ ਕੇ ਲੈ ਜਾਂਦੀ ਗੱਡੀ 'ਚੋਂ। ਅਤੇ ਦਾਰੂ ਵੀ ਉਹਨਾਂ ਦੇ ਕੋਲ ਸੀ ਸਾਰਾ ਕੁਛ, ਪਿੰਡ ਵਾਲਿਆਂ ਨੇ ਸਾਰਿਆਂ ਨੇ ਦੇਖ ਲਿਆ ਸੀਗਾ, ਇਹ ਸਬੂਤ ਵੀ ਦਰਬੇ ਵੀ ਆਪਦੇ ਕੋਲੋਂ ਲੀਕ ਕਰਦੇ ਸੀ। ਇਹ ਜੀ ਹਰਜੀਤ ਸਿੰਘ ਜੀਤਾ ਜੋ ਇਹ ਸ਼ਰਾਬ ਵੇਚਣ ਦਾ ਧੰਦਾ ਕਰਦਾ, ਪਹਿਲਾਂ ਵੀ ਇਹਦੇ 'ਤੇ 3 ਪੇਟੀਆਂ ਸ਼ਰਾਬ ਦਾ ਮੁਕੱਦਮਾ ਦਰਜ ਹੋਇਆ ਅਤੇ ਹੁਣ ਵੀ ਇਹਨਾਂ ਦਾ ਪਤਾ ਲੱਗਿਆ ਕਿ ਠੇਕੇਦਾਰ ਨਾਲ ਕੋਈ ਡਿਸਪਿਊਟ ਹੋਇਆ ਅਤੇ ਦਾਖਲ ਹੋਇਆ ਇਹ। ਉਹਦੇ ਬਾਰੇ ਜਿਹੜੀ ਹੈ ਕਾਰਵਾਈ ਤਸਦੀਕ ਕਰ ਰਹੇ ਹਾਂ ਵੀ ਕੀ ਆ ਅਸਲ ਮਾਮਲਾ, ਜੋ ਬਣਦੀ ਕਾਰਵਾਈ ਉਹ ਅਮਲ 'ਚ ਲਿਆਂਦੀ ਜਾਊਗੀ। ਭਲਾਈਆਂ ਦਾ ਕੋਈ ਮਾਮਲਾ ਨਹੀਂ ਜੀ, ਉਹ ਸ਼ਰਾਬ ਵੇਚਣ ਦਾ ਆਦੀ ਹੈ, ਨਜਾਇਜ਼ ਸ਼ਰਾਬ ਵੇਚਦਾ ਹਰਿਆਣੇ ਤੋਂ ਲੈ ਕੇ। ਉਹਨੂੰ 2-3 ਵਾਰੀ ਫੜਿਆ ਵੀ ਹੈ, ਮੁਕੱਦਮੇ ਵੀ ਉੱਥੇ ਦਰਜ ਹੈ ਥਾਣੇ 'ਚ। ਠੀਕ ਹੈ ਜੀ, ਬਸ ਉਹਨੂੰ ਇਹ ਵੀ ਮੈਨੂੰ ਫੜਨ ਨਜਾਇਜ਼ ਸ਼ਰਾਬ ਮੈਂ ਵੇਚਾਂ। ਨਹੀਂ ਜੀ, ਸਾਡੇ ਕੋਲ ਗੁੰਡਾਗਰਦੀ ਕਰਨ ਦਾ ਕਿੱਥੋਂ ਟਾਈਮ ਆ ਗਿਆ ਜੀ? ਅਸੀਂ ਤਾਂ ਜਦੋਂ ਕੋਈ ਸਾਨੂੰ ਇਨਫੋਰਮੇਸ਼ਨ ਆਉਂਦੀ ਸੀ, ਪੁਲਿਸ ਨੂੰ ਇਨਫੋਰਮੇਸ਼ਨ ਦਿੰਦੇ ਨੇ, ਉਹੀ ਫੜ ਕੇ ਲਿਆ ਜੀ। ਦੋਵੇਂ ਵਾਰੀ ਇਹਨੂੰ ਇੱਕ ਵਾਰੀ ਦੋਦਾ ਚੌਂਕੀ ਵਾਲੇ ਨੇ ਫੜਿਆ ਜੀ, ਇੱਕ ਵਾਰੀ ਕੋਟ ਭਾਈ ਥਾਣੇ ਵਾਲੇ ਨੇ ਫੜਿਆ ਜੀ। ਮੁਕੱਦਮਾ ਦਰਜ ਹੈ, ਤੁਸੀਂ ਰਿਕਾਰਡ ਲੈ ਲਓ ਥਾਣੇ।